ਲੁਧਿਆਣਾ ਵਿਖੇ ਨਜਾਇਜ਼ ਸਬੰਧਾਂ ਵਿੱਚ ਰੋੜਾ ਬਣੇ ਪਤੀ ਨੂੰ ਰਸਤੇ 'ਚੋਂ ਹਟਾਉਣ ਲਈ ਪਤਨੀ ਨੇ ਪਹਿਲਾਂ ਬੇਟੇ ਨੂੰ ਪਿਤਾ ਦੇ ਖਿਲਾਫ ਭੜਕਾਇਆ ਅਤੇ ਫਿਰ ਉਸ ਦੇ ਦੋ ਦੋਸਤਾਂ ਨੂੰ ਪਤੀ ਦੇ ਕਤਲ ਲਈ 50,000 ਰੁਪਏ ਦੀ ਸੁਪਾਰੀ ਦੇ ਦਿੱਤੀ। ਇਸੇ ਤੋਂ ਬਾਅਦ ਔਰਤ ਨੇ ਆਪਣੇ ਬੇਟੇ ਅਤੇ ਉਸ ਦੇ ਦੋਸਤਾਂ ਨਾਲ ਮਿਲ ਕੇ ਆਪਣੇ ਪਤੀ ਦਾ ਕਤਲ ਕਰ ਦਿੱਤਾ। ਕਤਲ ਨੂੰ ਲੁੱਟ ਦਾ ਮਾਮਲਾ ਦਿਖਾਉਣ ਦੇ ਮਕਸਦ ਨਾਲ ਲਾਸ਼ ਨੂੰ ਜੰਡਿਆਲੀ ਦੇ ਖੇਤਾਂ ਵਿੱਚ ਸੁੱਟ ਦਿੱਤਾ ਗਿਆ। ਇਸ ਦੌਰਾਨ ਉਹਨਾਂ ਸਕੂਟਰ ਵੀ ਲਾਸ਼ ਦੇ ਨੇੜੇ ਛੱਡ ਦਿੱਤਾ। ਇਸ ਤੋਂ ਬਾਅਦ ਉਹਨਾਂ 70,000 ਰੁਪਏ ਦੀ ਲੁੱਟ ਲਈ ਕਤਲ ਦਾ ਮਾਮਲਾ ਬਣਾ ਕੇ ਪੁਲਿਸ ਦੇ ਕੋਲ ਸ਼ਿਕਾਇਤ ਦਰਜ ਕਰਵਾ ਦਿੱਤੀ। ਥਾਣਾ ਮੋਤੀ ਨਗਰ ਪੁਲਿਸ ਨੇ ਕਤਲ ਦੀ ਇਸ ਗੁੱਥੀ ਸੁਲਝਾਉਣ ਦਾ ਦਾਅਵਾ ਕਰਨ ਦੇ ਨਾਲ ਹੀ ਮ੍ਰਿਤਕ ਦੀ ਪਤਨੀ, ਬੇਟੇ ਅਤੇ ਇੱਕ ਦੋਸਤ ਨੂੰ ਗ੍ਰਿਫਤਾਰ ਕਰ ਲਿਆ, ਜਦਕਿ ਦੂਜਾ ਦੋਸਤ ਹਾਲੇ ਵੀ ਫਰਾਰ ਦੱਸਿਆ ਜਾ ਰਿਹਾ। ਅਦਾਲਤ ਨੇ ਫੜੇ ਗਏ ਮੁਲਜ਼ਮਾਂ ਨੂੰ 16 ਅਕਤੂਬਰ ਤੱਕ ਰਿਮਾਂਡ ਦੇ ਉੱਤੇ ਭੇਜ ਦਿੱਤਾ ਹੈ। ਚਿਹਰੇ ਨੇ ਗੋਲੀਆਂ ਲਿਆ ਕੇ ਦਿੱਤੀਆਂ ਅਤੇ ਉਸਦੀ ਵਾਈਫ ਰਣਜੀਤ ਕੌਰ ਨੇ ਉਹਨੂੰ ਸਬਜ਼ੀ ਵਿੱਚ ਪਾ ਕੇ ਦੇ ਦਿੱਤੀਆਂ, ਜਿਹਦੇ ਨਾਲ ਰਾਤ ਨੂੰ ਉਹ ਬੇਹੋਸ਼ ਹੋ ਕੇ ਪੈ ਗਿਆ। ਸੁਬਹਾ 9 ਵਜੇ ਦੇ ਕਰੀਬ ਸ਼ੇਰੇ ਨੇ ਅਤੇ ਖਾਊ ਨਾਂ ਦੇ ਬੰਦੇ ਨੇ ਅਤੇ ਇਹਨੇ ਬਬਲਜੀਤ ਨੇ ਮਿਲ ਕੇ ਉਹਦਾ ਰੱਸੀ ਨਾਲ ਗਲਾ ਘੁੱਟ ਦਿੱਤਾ। ਮਾਰਨ ਤੋਂ ਬਾਅਦ ਉਹਨੂੰ ਮਰੂਤੀ ਦੇ ਵਿੱਚ ਬਿਠਾ ਪਿਛਲੀ ਸੀਟ 'ਤੇ ਲੰਮਾ ਪਾ ਕੇ ਰਾਮਗੜ੍ਹ ਚੌਂਕੀ ਦੇ ਅਗਲੇ ਪਾਸੇ ਪੰਪ ਦੇ ਨੇੜੇ ਸੁੱਟਿਆ ਏ ਲਗਭਗ 10:30 ਵਜੇ। ਇਹਦੇ 'ਚ ਲੜਕਾ ਬਬਲਜੀਤ ਸਿੰਘ, ਉਹਦੀ ਮਾਤਾ ਰਣਜੀਤ ਕੌਰ ਅਤੇ ਉਹ ਦੂਜਾ ਉਹਨਾਂ ਦਾ ਸੁਖਜੀਤ ਸਿੰਘ ਸ਼ੇਰਾ ਜਿਹੜਾ ਨਾਲ ਸਾਥ ਦਿੱਤਾ ਹੈ। ਖਬਰਾਂ ਦੀ ਦੁਨੀਆ ਵਿੱਚ ਆਓ, ਸਾਡੇ ਨਾਲ ਕਦੇ ਵੀ ਕਿਤੇ ਵੀ ਜੁੜੋ। ਆਪਾਂ ਮਿਲਾਂਗੇ ਫੇਸਬੁੱਕ ਤੇ, ਅਸੀਂ ਦਿਖਾਂਗੇ ਯੂਟਿਊਬ ਤੇ, ਸਾਨੂੰ ਫੋਲੋ ਕਰੋ ਟਵਿੱਟਰ ਤੇ। ਖਬਰਾਂ ਨਾਲ ਜੁੜੇ ਰਹੋ ਦਿਨ ਰਾਤ।